ਘੋੜੇ ਅਤੇ ਘੋੜ ਸਵਾਰੀ, ਨੇਜ਼ਾਬਾਜ਼ੀ ਅਤੇ ਘੋੜਿਆਂ ਦੀ ਦੌੜ ਸਾਡੇ ਪੰਜਾਬ ਦੇ ਕਲਚਰ ਦਾ ਹਿੱਸਾ ਨੇ, ਸਾਡੀ ਵਿਰਾਸਤ ਨੇ, ਸਾਡਾ ਅਸਾਸਾ ਨੇ। ਘੋੜਿਆਂ 'ਤੇ ਬੈਠੇ ਗੱਭਰੂ ਜਵਾਨ ਸੱਜਣ ਮਿੱਤਰ ਬੇਲੀ ਤਿਆਰ ਨੇ ਮੇਲੇ 'ਚ ਸ਼ਿਰਕਤ ਕਰਨ ਵਾਸਤੇ। ਅਤੇ ਅੱਜ ਦੀ ਵੀਡੀਓ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਇਹ ਸਾਰੇ ਸਵਾਰ ਆਪਣੇ ਆਪਣੇ ਘੋੜੀਆਂ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਮੇਲੇ 'ਚ ਸ਼ਿਰਕਤ ਕਰਨ ਜਾ ਰਹੇ ਨੇ। ਅੱਜ ਦੀ ਵੀਡੀਓ ਲੌਂਗ ਰਾਈਡ ਦੀ ਹੋਵੇਗੀ ਅਤੇ ਇਨਸ਼ਾਅੱਲਾ ਤੁਹਾਨੂੰ ਪਸੰਦ ਆਵੇਗੀ। ਦੋਸਤੋ, ਘੋੜੇ ਅਤੇ ਘੋੜ ਸਵਾਰੀ ਹਰ ਦਿਲ ਅਜ਼ੀਜ਼ ਔਰ ਅੱਜ ਕੱਲ੍ਹ ਦੇ ਨਵੀਂ ਜਨਰੇਸ਼ਨ ਦੇ ਵਿੱਚ ਵੀ ਮਕਬੂਲ ਤਰੀਨ ਸ਼ੌਕ ਬਣਦੀ ਜਾ ਰਹੀ ਹੈ। ਇਸੇ ਘੋੜ ਸਵਾਰੀ ਨੂੰ, ਇਸੇ ਦੋਸਤੋ ਸ਼ੌਕ ਨੂੰ ਜ਼ਿੰਦਾ ਰੱਖਣ ਵਾਸਤੇ ਅੱਜ ਵੀ ਵੀਡੀਓ ਦਿੱਤੀ ਜਾ ਰਹੀ ਹੈ ਤੁਹਾਨੂੰ। ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖਣਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਹਰਗਿਜ਼ ਨਾ ਭੁੱਲਿਆ ਜੇ। ਸੱਜਣ ਮਿੱਤਰ ਸਾਰੇ ਇਕੱਠੇ ਹੋ ਕੇ ਮੇਲੇ 'ਤੇ ਜਾਂਦੇ ਨੇ ਅਤੇ ਮੇਲਿਆਂ ਦੀ ਰੌਣਕ ਛਾਨ ਬਣਦੇ ਨੇ। ਇਹ ਸਾਰੇ ਸਵਾਰ ਅੱਜ ਮੇਲੇ 'ਤੇ ਜਾਣ ਵਾਸਤੇ ਤਿਆਰ ਨੇ। ਅਤੇ ਡੇਰਾ ਮੀਆਂ ਮੁਹੰਮਦ ਅਹਿਮਦ ਲਾਲੇਕਾ ਸਾਹਿਬ ਤੋਂ ਇਹ ਸਾਰੇ ਸੱਜਣ ਮਿੱਤਰ ਆਪਣੇ ਆਪਣੇ ਘੋੜੀਆਂ 'ਤੇ ਅਤੇ ਘੋੜਿਆਂ 'ਤੇ ਸਵਾਰ ਹੋ ਕੇ ਮੇਲੇ ਵੱਲ ਜਾਣਗੇ। ਅਤੇ ਇਨਸ਼ਾਅੱਲਾ ਤੁਹਾਨੂੰ ਮੇਲੇ ਦਾ ਵੀ ਨਜ਼ਾਰਾ ਕਰਾਵਾਂਗੇ। ਇਹ ਸਾਰੇ ਸਵਾਰਾਂ ਦੀ ਰਾਈਡਿੰਗ ਅੱਜ ਦੀ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ। ਸਾਰੇ ਸਵਾਰ ਮਾਸ਼ਾਅੱਲਾ ਆਪਣੇ ਆਪਣੇ ਘੋੜਿਆਂ ਨੂੰ ਪੂਰਾ ਬਣਾਓ ਸ਼ਿੰਗਾਰ ਕਰਕੇ ਪੂਰੇ ਪੰਜਾਬੀ ਕਲਚਰ ਅਤੇ ਪੰਜਾਬੀ ਸਕਾਫਤ ਦੇ ਵਿੱਚ ਡਾਲ ਕੇ ਜਾ ਰਹੇ ਨੇ। ਦੋਸਤੋ, ਇਹ ਸ਼ੌਕ ਹੈ ਨਵਾਬਾਂ ਦਾ, ਇਹ ਸ਼ੌਕ ਹੈ ਰਾਠਾਂ ਦਾ, ਇਹ ਸ਼ੌਕ ਹੈ ਦੋਸਤੋ ਸਾਡੇ ਪੰਜਾਬ ਦੇ ਸ਼ੇਰਾਂ ਦਾ। ਦੋਸਤੋ, ਇਸ ਵੀਡੀਓ ਨੂੰ ਐਂਡ ਤੱਕ ਦੇਖੋਗੇ ਤਾਂ ਤੁਹਾਨੂੰ ਪੰਜਾਬ ਹੀ ਪੰਜਾਬ ਨਜ਼ਰ ਆਵੇਗਾ। ਅੱਜ ਦੀ ਇਸ ਵੀਡੀਓ ਦੇ ਵਾਸਤੇ ਖਸੂਸੀ ਤਾਵਨ ਕੀਤਾ ਹੈ ਜਨਾਬ ਸਾਡੇ ਸੱਜਣ, ਸਾਡੇ ਮਿੱਤਰ, ਸਾਡੇ ਬੇਲੀ ਹਸਨ ਰਜ਼ਾ ਚੌਧਰੀ ਸਾਹਿਬ ਨੇ। ਔਰ ਇਸ ਵੀਡੀਓ ਦੇ ਵਿੱਚ ਜਿਤਨੇ ਵੀ ਦੋਸਤ ਅਹਿਬਾਬ ਸ਼ਾਮਿਲ ਨੇ ਉਹਨਾਂ ਨੇ, ਔਰ ਖਾਸ ਤੌਰ 'ਤੇ ਬਹੁਤ ਸ਼ੁਕਰੀਆ ਮੀਆਂ ਮੁਹੰਮਦ ਅਹਿਮਦ ਲਾਲੇਕਾ ਹੁਰਾਂ ਦਾ। ਇਹ ਸਾਡੇ ਸੱਜਣ, ਸਾਡੇ ਮਿੱਤਰ ਸਾਰੇ ਮਹਿਮਾਨ ਬਣੇ ਨੇ ਮੀਆਂ ਮੁਹੰਮਦ ਅਹਿਮਦ ਲਾਲੇਕਾ ਸਾਹਿਬ ਦੇ। ਇਹਨਾਂ ਦੇ ਡੇਰੇ ਤੋਂ ਸਾਰੇ ਦੋਸਤ ਜਾਣਗੇ ਮੇਲੇ 'ਚ ਸ਼ਿਰਕਤ ਕਰਨ ਵਾਸਤੇ। ਸਾਰੇ ਆਪਣੇ ਆਪਣੇ ਘੋੜੀਆਂ ਨੂੰ, ਘੋੜਿਆਂ ਨੂੰ ਤਿਆਰ ਕਰ ਰਹੇ ਨੇ, ਉਹਨਾਂ ਨੂੰ ਵਾਰਮ ਅਪ ਕਰ ਰਹੇ ਨੇ ਤਾਂ ਕਿ ਘੋੜੇ ਘੋੜੀਆਂ ਮੇਲੇ 'ਚ ਜਾਣ ਵਾਸਤੇ ਰੈਡੀ ਹੋ ਜਾਣ। ਦੋਸਤੋ, ਮੇਲਾ ਸਾਡੀ ਵਿਰਾਸਤ, ਸਾਡਾ ਪੰਜਾਬ। ਲਓ ਜੀ, ਮਾਸ਼ਾਅੱਲਾ ਰਵਾਨਗੀ ਹੋ ਰਹੀ ਹੈ ਦੋਸਤੋ ਸਾਰੇ ਦੋਸਤਾਂ ਦੀ, ਸੱਜਣਾ ਮਿੱਤਰਾਂ ਦੀ, ਅਤੇ ਰੁੱਖ ਹੈ ਸਾਡਾ ਮੇਲਾ। ਦੋਸਤੋ, ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਪੂਰੀ ਆਬੋ ਤਾਬ ਦੇ ਨਾਲ ਮਾਸ਼ਾਅੱਲਾ ਕਾਫਲਾ ਤੁਰ ਪਿਆ ਹੈ ਅਤੇ ਆਪਣੇ ਆਪਣੇ ਘੋੜੀਆਂ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਸਵਾਰ ਜਾ ਰਹੇ ਨੇ। ਮਾਸ਼ਾਅੱਲਾ ਸੋਹਣੀਆਂ ਚਾਲਾਂ, ਸੋਹਣੇ ਰੰਗਾਂ ਵਾਲੇ ਘੋੜੇ ਅਤੇ ਸੋਹਣੀਆਂ ਚਾਲਾਂ ਅਤੇ ਸੋਹਣਾ ਰੰਗਾਂ ਵਾਲੇ ਘੋੜਿਆਂ ਨੂੰ ਸਵਾਰ ਵੀ ਸੋਹਣੇ ਰਾਈਡ ਕਰ ਰਹੇ ਨੇ। ਮਾਸ਼ਾਅੱਲਾ ਨਜ਼ਰ ਪਵੇਗੀ ਅਤੇ ਇਨਸ਼ਾਅੱਲਾ ਤੁਸੀਂ ਇੰਜੋਏ ਕਰੋਗੇ। ਘੋੜੀਆਂ ਅਤੇ ਘੋੜੇ ਪੰਜਾਬ ਦੇ ਖੇਤਾਂ 'ਚ ਫਿਰਦੇ ਔਰ ਪੰਜਾਬ ਦੇ ਰਸਤਿਆਂ 'ਚ ਜਾਂਦੇ ਬੜੇ ਹੀ ਸੋਹਣੇ ਨਜ਼ਾਰੇ ਦਿੰਦੇ ਨੇ। ਇਸੇ ਤਰ੍ਹਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਲੌਂਗ ਰਾਈਡ ਦਿਖਾਉਣ ਜਾ ਰਹੇ ਹਾਂ। ਸਾਡਾ ਸਫ਼ਰ ਹੋਵੇਗਾ ਤਕਰੀਬਨ 1 ਘੰਟੇ ਦਾ ਅਤੇ ਵੀਡੀਓ ਇਨਸ਼ਾਅੱਲਾ ਹੋਣ ਜਾ ਰਹੀ ਹੈ ਤਕਰੀਬਨ 24 ਮਿੰਟਾਂ ਦੀ। ਦੇਖੋ ਜਨਾਬ, ਸਵਾਰ ਵੇਖੋ, ਸਵਾਰਾਂ ਦੀ ਸਵਾਰੀ ਵੇਖੋ ਅਤੇ ਸਵਾਰੀਆਂ ਦੀਆਂ ਚਾਲਾਂ ਦੇਖੋ ਅਤੇ ਨਜ਼ਾਰਾ ਕਰੋ ਪੰਜਾਬ ਦਾ, ਪੰਜਾਬ ਦੀ ਖੂਬਸੂਰਤੀ ਦਾ। ਹਲਕੀ ਹਲਕੀ ਹਵਾ, ਠੰਡਾ ਮੌਸਮ, ਹਲਕੀ ਹਲਕੀ ਧੁੰਦ ਅਤੇ ਘੋੜਿਆਂ ਦੀ ਸਵਾਰੀ। ਦੋਸਤੋ, ਇਸ
नज़ारे का अपना ही मजा है। दोस्तों इस मुकाम ते पहुँच के सवारा ने अपनियां सवारियां नू ताज़ा दम किया है, घोड़ियां नू जरा साह दिवाया है ताकि वह अगले सफर लई ताज़ा दम हो जाए। तो जिहड़े साथी साडे पिछे रह गए ने वह भी सारे इस पूरे काफले दे नाल शामिल हो जाए। घोड़ियां दे उत्ते सवार ते नाल गड्डियां दे उत्ते सवार ये सारे सज्जन बेली मज़ा लै रहे ने आज दे मेले दा और मेले अल जान दा। तुहानू भी नज़ारा करवा रहे हैं इस सोहने सवारां दा, साडे वीरां साजे सज्जना मित्रां दा। इहदे विच साडे सारे सज्जन मिली मित्र मौजूद ने ते माशाल्लाह साडी पंजाब दी शान ने, साडे मेलियां दी शान ने, सजे समरे कोड़े ते सोहणी सवार साडा विरसा ने।